ਜਿਹੜਾ ਅੱਜ ਇੱਥੇ ਰਮਨੀਕ ਚੌਂਕ ਦੇ ਉੱਪਰ ਜਿਹੜਾ ਕਿ ਬਰਗਰ ਹੱਟ ਆ, ਇੱਥੇ ਅੱਗ ਲੱਗਣ ਦਾ ਕੀ ਕਾਰਨ ਹੈ? ਇਹਨਾਂ ਦੇ ਦੱਸਣ ਮੁਤਾਬਕ ਤਾਰਾਂ ਛੁੱਟ ਕੱਟੀਆਂ, ਉਹਦਾ ਕਰਕੇ ਅੱਗ ਲੱਗੀ। ਸਰ ਕਿੰਨੇ ਵਜੇ ਲੱਗੀ ਅੱਗ? ਦੇਖੋ 5:15 ਲੱਗੀ ਆ, 6:30 ਪੌਣੇ 7 ਵਜੇ ਲਾਗੇ ਛਾਗੇ ਪੁੱਜੀ, ਬੁਝਾ ਦਿੱਤੀ ਗਈ। ਮਤਲਬ ਕਿੰਨੀ ਦੇਰ ਦੇ ਵਿੱਚ ਅੱਗ ਪੁੱਜ ਗਈ? 1.5 ਘੰਟੇ ਦੇ ਕਰੀਬ ਪੁੱਜ ਗਈ। ਠੀਕ ਹੈ, ਕਿੰਨਾ ਕੁ ਨੁਕਸਾਨ ਹੋ ਗਿਆ ਸਰ ਦੁਕਾਨਦਾਰ ਦਾ? ਦੁਕਾਨਦਾਰ ਨੇ ਦੱਸਿਆ ਵੀ ਮੇਰਾ 18 ਲੱਖ ਦਾ ਹੈਗਾ ਜਿਹੜਾ ਮੈਂ ਉੱਤੇ ਦੁਕਾਨ 'ਤੇ ਲਾਏ ਆ, ਬਾਕੀ ਹੁਣ ਐਸਟੀਮੇਟ ਅੰਦਰੋਂ ਲਾ ਕੇ ਫਿਰ ਦੱਸੂ, ਫਿਰ ਉਹਦੇ ਮੁਤਾਬਕ ਪਤਾ ਲੱਗਣਾ ਕਿਨਾ। ਅਤੇ ਇਹਨਾਂ ਨੂੰ ਕੋਈ ਮੁਆਵਜ਼ਾ ਦਵਾਇਆ ਜਾਊਗਾ ਸਰਕਾਰ ਵੱਲੋਂ? ਇਹਨਾਂ ਦੀ ਰਫਤ ਨੁਕਸਾਨੀ ਦੀ ਨੁਕਸਾਨਸਾਨੀ ਦੀ ਰਫਤ ਦਰਜ ਕੀਤੀ ਜਾਊਗੀ, ਅਫਸਰ 12 ਦੇ ਹੁਕਮ ਜਿਹੜੇ ਆਪਣੇ ਜਾਂਦਾ ਜਾਊਗਾ ਨੋਟਿਸ ਦੇ ਵਿੱਚ, ਜੋ ਹੁਕਮ ਦੇਣਗੇ ਉਹਦੇ ਹਿਸਾਬ ਨਾਲ ਕਰਨਗੇ। ਜਿਹੜੇ ਅੱਜ ਤੁਹਾਡੇ ਇੱਥੇ ਬਰਗਰ ਹੱਟ 'ਤੇ ਅੱਗ ਲੱਗੀ, ਅੱਗ ਦਾ ਕੀ ਕਾਰਨ? ਅੱਗ ਦਾ ਭਾਅ ਜੀ ਵਾਇਰ ਸੜ ਗਈ ਪਿੱਛੇ, ਜ਼ਿਆਦਾ ਉਹ ਰਹਿ ਗਰਮੀ ਸੀ, ਤੇਲ ਨੂੰ ਅੱਗ ਲੱਗ ਗਈ, ਸਾਡਾ ਸਮਾਨ ਵੀ ਸਾਰਾ ਅੰਦਰ ਪਿਆ। ਬਹੁਤ ਕੋਸ਼ਿਸ਼ ਕੀਤੀ ਅਸੀਂ ਬੁਝਾਉਣ ਦੀ ਪਰ ਨਹੀਂ ਬੁਝੀ ਸਕਦੇ। ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਭਾਅ ਜੀ ਸਾਰਾ ਗਿਆ, ਪਤਾ ਲੱਗਣਾ ਅੰਦਰ ਜਾ ਕੇ ਵੇਖਣਾ ਨਹੀਂ। ਕਿੰਨਾ ਕੁ ਤੁਸੀਂ ਮੰਨਦੇ ਹੋ ਨੁਕਸਾਨ ਹੋ? ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਹੋ? ਮੰਗ ਤਾਂ ਉਹਨਾਂ ਦੇ ਕੀ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਜਿਹੜੇ ਕਿ? ਪ੍ਰਸ਼ਾਸਨ ਨੂੰ ਇਹੋ ਮੰਗ ਕਰਦੇ ਸਾਡੀ ਕੋਈ ਮਦਦ ਮੁਦਦ ਕੀਤੀ ਜਾਵੇ। ਅਰੇ ਅੜ ਜਾਓ ਜੀ, ਕੋਈ ਸਿਸਟਮ ਨਹੀਂ।